ਸਤਿ ਸ਼੍ਰੀ ਅਕਾਲ ਫਰੈਂਡਸ, ਕਿਵੇਂ ਹੋ ਤੁਸੀਂ ਸਾਰੇ? ਉਮੀਦ ਕਰਦੀ ਹਾਂ ਤੁਸੀਂ ਠੀਕ ਠਾਕ ਹੋਵੋਗੇ। ਵੈਲਕਮ ਕਰਦੀ ਹਾਂ ਤੁਹਾਡਾ ਆਪਣੇ ਯੂਟਿਊਬ ਚੈਨਲ ਵੈਰੀਅਸ ਸ਼ੇਡਸ ਦੇ ਵਿੱਚ। ਇਹ ਬੋਟਲ ਗ੍ਰੀਨ ਸੂਟ ਦੇ ਉੱਤੇ ਮੈਂ ਨਿਊ ਕਨਸੈਪਟ ਲੈ ਕੇ ਆਈ ਹਾਂ, ਥੋੜ੍ਹਾ ਜਿਹਾ ਹੈਵੀ ਡਿਜ਼ਾਈਨ ਲੈ ਕੇ ਆਈ ਹਾਂ, ਸੂਟ ਦੇ ਉੱਤੇ ਬਣਾ ਰਹੀ ਹਾਂ। ਬੋਟਲ ਗ੍ਰੀਨ ਸੂਟ ਹੈ, ਰਿਓਨ ਫੈਬਰਿਕ ਹੈ, ਰਿਓਨ ਕੋਟਨ, ਔਰ ਮੈਂ ਇਸ 'ਤੇ ਵਾਈਟ ਬੇਸ ਦੇ ਰਹੀ ਹਾਂ। ਥੋੜ੍ਹਾ ਜਿਹਾ ਤੁਹਾਨੂੰ ਵਾਈਟ ਬੇਸ ਦੇ ਕੇ ਦਿਖਾ ਦੇਵਾਂ। ਪਹਿਲਾਂ ਮੈਂ ਇਸ ਨੂੰ ਰਫਲੀ ਜਾਂ ਮਾਰਕ ਕੀਤਾ ਡਿਜ਼ਾਈਨ ਨੂੰ, ਉਸ ਤੋਂ ਬਾਅਦ ਮੈਂ ਵਾਈਟ ਬੇਸ ਦੇਣਾ ਸਿਖਾ ਰਹੀ ਹਾਂ। ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਮਾਰਕਿੰਗ ਕਰਨਾ ਵੀ ਦਿਖਾਵਾਂ ਤਾਂ ਮੈਂ ਨੈਕਸਟ ਵੀਡੀਓ ਦੇ ਵਿੱਚ ਦਿਖਾ ਦਿਆ ਕਰਾਂਗੀ। ਅਗਰ ਤੁਸੀਂ ਕਮੈਂਟ ਕਰਕੇ ਕਹਿੰਦੇ ਹੋ ਤਾਂ ਮੈਂ ਮਾਰਕਿੰਗ ਕਰਨਾ ਵੀ ਦਿਖਾ ਦੂੰਗੀ ਤੁਹਾਨੂੰ। ਔਰ ਇਹ ਮੈਂ ਪੂਰੇ ਕੋਨਸੈਪਟ ਦਾ ਵਾਈਟ ਬੇਸ ਰੈਡੀ ਕਰ ਲੈਣਾ ਆ, ਤਾਂ ਕਿ ਮੈਂ ਜਿਹੜਾ ਵੀ ਕਲਰ ਯੂਜ਼ ਕਰਾਂ ਉਹ ਇੱਕਦਮ ਰਿਵੀਲ ਹੋਵੇ, ਉਹ ਇਸ ਫੈਬਰਿਕ 'ਤੇ ਖਿਲ ਕੇ ਆਵੇ। ਇਹ ਮੈਂ ਪੂਰੇ ਪੈਟਰਨ ਨੂੰ ਵਾਈਟ ਬੇਸ ਦਿੱਤਾ ਆ, ਉਸ ਤੋਂ ਬਾਅਦ ਮੈਂ ਹੁਣ ਫਲਾਰਸ ਬਣਾਉਂਗੀ, ਪਿੰਕ ਕਲਰ ਦੇ ਫਲਾਰਸ। ਕਦੇ ਥੋੜ੍ਹਾ ਡਾਰਕ ਬਣਾ ਦੇਣੇ ਆ, ਕਿਸੇ ਨੂੰ ਥੋੜ੍ਹਾ ਲਾਈਟ ਬਣਾ ਦੇਣਾ। ਇਸ ਤਰ੍ਹਾਂ ਇਹ ਮੈਂ ਵਨ ਬਾਏ ਵਨ ਕੰਪਲੀਟ ਕਰੂੰਗੀ। ਐਕਚੁਲੀ ਮੈਂ ਕਲਰਸ ਦੁਪੱਟੇ ਦੇ ਅਕੋਰਡਿੰਗ ਯੂਜ਼ ਕਰ ਰਹੀ ਹਾਂ। ਉਹਨਾਂ ਜਿਨ੍ਹਾਂ ਦਾ ਸੂਟ ਹੈ ਉਹਨਾਂ ਨੇ ਮੈਨੂੰ ਦੁਪੱਟਾ ਵੀ ਭੇਜਿਆ ਕਿ ਤੁਸੀਂ ਇਸ ਤੋਂ ਮਿਲਦੇ ਜੁਲਦੇ ਕਲਰਸ ਯੂਜ਼ ਕਰ ਲਿਓ ਤਾਂ ਕਿ ਉਹਨਾਂ ਦਾ ਇਹ ਦੁਪੱਟਾ ਯੂਟੀਲਾਈਜ਼ ਹੋ ਜਾਵੇ। ਕਿਉਂਕਿ ਕਈ ਵਾਰੀ ਇੱਦਾਂ ਹੁੰਦਾ ਹੈ ਕਿ ਸਾਡੇ ਸੂਟਸ ਅਤੇ ਸੂਟਸ ਆਪਾਂ ਯੂਜ਼ ਕਰ ਲੈਂਦੇ ਹਾਂ ਪਰ ਦੁਪੱਟੇ ਐਜ਼ ਇਟ ਇਜ਼ ਹੀ ਪਏ ਰਹਿੰਦੇ ਆ, ਤਾਂ ਵਧੀਆ ਗੱਲ ਹੈ ਕਿ ਆਪਾਂ ਉਹਨਾਂ ਨੂੰ ਰੀਯੂਜ਼ ਕਰ ਲਈਏ। ਰੀਯੂਜ਼ ਕਰਨ ਦੇ ਨਾਲ ਸਾਡਾ ਫੈਬਰਿਕ ਯੂਟੀਲਾਈਜ਼ ਹੋ ਜਾਂਦਾ ਹੈ ਔਰ ਆਪਾਂ ਸੂਟ ਦੂਜਾ ਬਣਾ ਲੈਂਦੇ ਹਾਂ ਉਹਦੇ ਨਾਲ, ਔਰ ਡਿਫਰੈਂਟ ਹੋ ਜਾਂਦਾ ਜੋ ਆਪਾਂ ਪਹਿਲਾਂ ਉਹਦੇ ਨਾਲ ਸੂਟ ਪਾਇਆ ਹੁੰਦਾ ਹੈ, ਯੂਜ਼ ਕੀਤਾ ਹੁੰਦਾ ਆ, ਉਸ ਤੋਂ ਅਲੱਗ ਫਿਰ ਸਾਨੂੰ ਦੂਜਾ ਨਿਊ ਲੁੱਕ ਵਾਲਾ ਸੂਟ ਬਣ ਜਾਂਦਾ ਸਾਡਾ। ਜੇ ਮੈਂ ਵਾਈਟ ਬੇਸ ਨਾ ਦਿੰਦੀ ਤਾਂ ਇਹ ਲੁੱਕ ਇੱਦਾਂ ਦੀ ਨਹੀਂ ਸੀ ਆਉਣੀ ਜੋ ਹੁਣ ਆ ਰਹੀ ਹੈ। ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਅਕੋਰਡਿੰਗ ਟੂ ਯੋਰ ਚੋਇਸ, ਅਕੋਰਡਿੰਗ ਟੂ ਯੋਰ ਹੋਬੀ, ਉਸ ਦੇ ਅਕੋਰਡਿੰਗ ਹੀ ਤੁਸੀਂ ਹਮੇਸ਼ਾ ਕੋਈ ਨਾ ਕੋਈ ਕੰਮ ਕਰੋ। ਜਦੋਂ ਤੁਹਾਨੂੰ ਲੱਗਦਾ ਕਿ ਤੁਸੀਂ ਇਸ ਕੰਮ ਦੇ ਵਿੱਚ ਆਪਣਾ 100% ਦੇ ਸਕਦੇ ਹੋ ਔਰ ਤੁਹਾਨੂੰ ਇਸ ਦਾ ਥੋੜ੍ਹਾ ਬਹੁਤ ਜੇ ਆਉਂਦਾ ਉਸ ਕੰਮ ਨੂੰ, ਤਾਂ ਦੇਖਾ ਦੇਖੀ ਕਿਸੇ ਦੇ ਵੀ ਤੁਸੀਂ ਦੇਖ ਲਿਆ ਕਿਸੇ ਨੂੰ ਕਿਸੇ ਕੰਮ ਨੂੰ ਕਰਦੇ ਹਾਂ ਔਰ ਤੁਹਾਨੂੰ ਸਿਰਫ ਇੱਕ ਤਰ੍ਹਾਂ ਦਾ ਉਸਨੂੰ ਕਾਪੀ ਹੀ ਕਰਨਾ, ਉਸ ਕੰਮ ਨੂੰ ਕਾਪੀ ਕਰਨਾ ਲੱਗਦਾ ਆ, ਉਹ ਤੁਹਾਡੀ ਚੋਇਸ ਨਹੀਂ ਲੱਗਦੀ। ਨਾਓ ਵੀ ਵਿਲ ਵਰਕ ਔਨ ਲੀਵਸ।
इस तरह डबल शेडेड लीफ्स बनावांगे। किसी पास्यों डार्क, किसी पास्यों लाइट। जस्ट टू गिव इट नेचुरल लुक। इस तरह अपा वन बाय वन लीव्स बनाने, क्योंकि ऑलरेडी बोटल ग्रीन सीगा, जे मैं इस ते कोई भी ग्रीन कलर यूज़ कर दी तो इन्नी ग्रेस नहीं होनी सीगी। मैं वाइट बेस दे के जो किता ता यह हुन डिफरेंट लग रहा है, डिफरेंट लुक आ रही है इहदी, और ये विजिबल भी ने काफ़ी और खिल भी रहे ने इसते। जिमें मैं तुहानू दसदी सीगी कि लाइफ दे विच कुछ ना कुछ अकॉर्डिंग टू योर चॉइस, अकॉर्डिंग टू योर हॉबी कुछ ना कुछ करो, पर किसी दी रीस दे विच आके ना करो। जो तुहानू पता है कि वह काम तुहाडे तो होना नहीं पर सामने वाला कर रहा तां असीं करना, यह इस दे विच तुसी सक्सेसफुल कोई भी है, चाहे मैं होवां। जिमें मैं उस चीज़ बारे मेरे कोई एक्सपीरियंस नहीं हैगा, उस तो पहला मेरे अंदर उस काम दे लई कोई पार्टिकुलर इंटरस्ट ही नहीं सीगा, ता जे मैं उस काम नू किसी नू देख के करूँगी तो उस दे विच मैं एक नैगेटिव वे दे विच करूँगी, सिर्फ के मैं दूजिया नू दिखाउण लई करना आ उह काम कि हाँ, पर उस दे विच तुसी अपना 100% चाहे मैं होवां नहीं दे सकते, क्योंकि वह आपां किसी दे इंपैक्ट विच आके कीता आ, ना कि अपनी एलिजिबिलिटी या क्वालिटी अपनी चॉइस देख के नहीं कर रहे असीं उह काम। मल्टी कलर बनाउणा आ, अलग अलग जी मिक्सिंग करके कलर्स दी। बॉर्डर एरिया ते ध्यान नाल तुसीं कवर करना इस नूं। इस तरह नेक एरिया नूं हल्का जा मैं ऑरेंज च शेड दूंगी। बस इत्थे नूं इस तरह ही ब्रश नूं क्लीन कर लेना है मैं, और इस नूं ही स्प्रेड करूंगी पूरे दे विच। इस तरह बड़ा टेक्निकली तुसी ब्रश नू क्लीन करते जाना है, और इस नू साइमल्टेनियसली मिक्सिंग भी करते जाना है, और ये भी ध्यान रखना है कि
कलर ड्राई होने तो पहला पहला ही मिक्सिंग करनी है। बहुत ज़्यादा एक ता एक ही थां ते अपना पिगमेंटेड नहीं करना इसनों, बस एक इल्यूजन जा रखना या इस तरह। हाफ पोर्शन मैं उसनों एकदम कलरफुल जब बनाया और हाफ नू मैं इस तरह ब्लैक बनाऊंगी। फिनिशिंग का प्रॉपर ध्यान रखना। इस तरह विंग्स बनावांगे। जो सानू लगता है कि किते अपन अगेन फिनिशिंग देनी है तो आप रेडी करन तो बाद उसनू एक बारी चेक करके फिनिशिंग दे सकते हैं। इस तरह इस तो बाद में पॉइंटेड ब्रश दे नाल इस दी बीक बनाऊंगी। बड़ा केयरफुली आपां इस बीक नू बनाउणा क्योंकि बर्ड्स दे जदों बॉडी पार्ट्स आपां पूरे डिटेलिंग नाल बनाउंदे आ तां ओह ज़्यादा अट्रैक्टिव लगदे आ, रियल इल्यूजन क्रिएट करदे आ, तां इस करके आपां इस चीज़ दा हमेशा ध्यान रखना है। इस तरह जिथे जिथे मैं लगेगा कि मैं होर थोड़ी फिनिशिंग देनी है तो मैं उत्थे अगेन फिनिशिंग दूंगी और बॉडी पार्ट्स नू बड़ा क्लीनली बनाऊंगी। वीडियो नू इत्थे ही वाइंड अप करूंगी।
वीडियो चंगी लगी होवे तां लाइक करना, कमेंट करना, शेयर करना प्लीज़। चैनल ते नवी हो सबसक्राइब करना। और बाद दे विच मैं इस दी फाइनल लुक लेके आऊँगी। थैंक यू।